Oh.
Thank you.
Guru Nanak.
Oh, God.
Thank you.
ਨਾਨਕ ਉਤਾਰਾ ਬਾਬਾ ਆ ਕੇ ਨਾਮ ਜੀ ਸਤ ਚੰਦਰਮਾ ਕੂੜੇ ਅੰਧਿਆਰਾ ਕੂੜੇ ਅਮਾਬ ਸੁਪਸਰਿਆ ਹਉ ਪੰਚਨ ਗੁਲਦਸਤਾ ਗੁਰੂ ਸਾਹਿਬ ਦੀ ਇਸ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਭੇਟਾ ਕਰ ਰਹੇ ਹਾਂ ਜੋ ਤਿੰਨ ਤਾਲ ਦੇ ਵਿੱਚ ਇਹਦੀ ਰੀਤ ਬੰਦਿਸ਼ ਹੈ ਜਿਵੇਂ ਜਿਵੇਂ ਰਾਗ ਦਾ ਚਾਰਨ ਅਸੀਂ ਆਪਣੇ ਜਥੇ ਸਮੇਤ ਕਰਾਂਗੇ ਮੁੱਖੋ ਕਰਾਂਗੇ ਉਸੇ ਸਮੇਂ ਹੀ ਉਸੇ ਹੀ ਰਾਗ ਦਾ ਸਰੂਪ ਸੰਗੀਤ ਰਾਹੀਂ ਉਹਦਾ ਸਰੂਪ ਸਾਹਮਣੇ ਆਵੇਗਾ ਜੋ ਭਰਵ ਰਾਗ ਨੂੰ ਸ਼ੁਰੂ ਹੁੰਦਾ ਹੈ ਔਰ 10-12 ਰਾਗ ਦਾ ਉਹ ਗੁਲਦਸਤਾ ਹੈ ਤੇ ਗੁਲਦਸਤੇ ਦਾ ਮਤਲਬ ਹੈ ਵੀ ਜਿਵੇਂ ਇੱਕ ਗੁਲਦਸਤੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੇ ਫੁੱਲ ਗੁੰਦ ਕੇ ਬਣਾਉਂਦੇ ਹਾਂ ਤੇ ਗੁਰੂ ਦੀ ਭੇਟਾ ਕਰਦੇ ਹਾਂ ਇਸੇ ਤਰ੍ਹਾਂ ਸੰਗੀਤ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਆਪਾਂ ਹਾਜ਼ਰੀ ਲਵਾ ਰਹੇ ਹਾਂ ਰਾਤ ਪੈਂਦੀ ਹੈ ਔਰ ਦਿਨ ਚੜ੍ਹਦਾ ਹੈ ਇਸੇ ਤਰ੍ਹਾਂ ਜੋ ਇਹ ਭੈਰਵ ਰਾਗ ਹੈ ਇਸ ਦਾ ਜੋ ਸਮਾਂ ਹੈ ਚੌਥਾ ਪਹਿਰ ਹੈ ਜਿਵੇਂ ਅੰਮ੍ਰਿਤ ਵੇਲਾ ਕਹਿ ਲਈਏ ਜਿਵੇਂ ਹੀ ਸੂਰਜ ਦੀ ਰੋਸ਼ਨੀ ਹੁੰਦੀ ਹੈ ਲੋ ਲੱਗਦੀ ਹੈ ਇਸ ਰਾਗ ਦਾ ਸਮਾਂ ਖਤਮ ਹੋ ਜਾਂਦਾ ਹੈ ਆਓ ਪਿਆਰ ਸਹਿਤ ਗੁਣੀ ਸੱਜਣਾ ਨੇ ਮਹਾਂਪੁਰਸ਼ਾਂ ਨੇ ਵਿਦਵਾਨਾਂ ਨੇ ਪੁਰਾਤਨ ਇਹ ਦਾਤਾ ਜੋ ਸਾਨੂੰ ਕੀਰਤਨ ਪ੍ਰੇਮੀਆਂ ਨੂੰ ਬਖਸ਼ਿਸ਼ ਕੀਤੀਆਂ ਹਨ ਕੌਮ ਨੂੰ ਪੰਥ ਨੂੰ ਬਖਸ਼ਿਸ਼ ਕੀਤੀਆਂ ਹਨ ਉਹਨਾਂ ਵਿੱਚੋਂ ਆਪ ਪਿਆਰ ਸਹਿਤ ਇਹ ਭੇਟਾ ਸਮਰਨ ਕਰੀਏ ਜਥੇ ਸਮੇਤ ਦਾਸ
ਪਿਆਰ ਸਹਿਤ ਭਾਵਨਾ ਸਹਿਤ ਅੰਦਰੋਂ ਬਹਿ ਕੇ ਗੁਰੂ ਚਰਨਾਂ ਵਿੱਚ ਜੁੜਨ